कैंपस टीवी देख रहे सारे दर्शकों मेरे वालों प्यार भरी सत श्री अकाल। अज साढ़े नाल मौजूद ने संदीप सिंह। सब तो पहला संदीप थोड़ा स्वागत करते हैं इस प्रोग्राम में। आओ हुण संदीप नूं पुछदे हां इस प्रोग्राम का पहला सवाल। हाँ जी संदीप, सब तो पहला असीं जानना चाहांगे तुहाडे पिछोकड़ बारे कि तुसीं तुहाडा गायकी नाल ते हुण तक किवें दा सफर रहा। सब तो पहला तो कैंपस टीवी के सारे दर्शकों का मैं धन्यवाद करदा जिहड़े वेख रहे प्रोग्राम। तो बाकी बैकग्राउंड बारे दसदा कि मैं शहर कोटकपुरा तो हाँ, जिला फरीदकोट है। तो मेरे दोनों मदर एंड फादर पेरेंट्स दोनों मेरे अध्यापन के खेत्र नाल जुड़े हुए हैं। मेरे डैडी मतलब म्यूजिक नाल संबंधित है, उन्होंने ग्रैजुएशन म्यूजिक की है। उस तो बाद फिर उन्होंने तो इंस्पायर होकर मैं आपके गायकी भी नाल कॉन्टीन्यू किया। उन्होंने ज़्यादा मैं कोई सीखा नहीं, वैसे उन्होंने तो ही थोड़ा थोड़ा इंस्पायर होकर मैं इन्फ्लुएंशियल जिन्होंने आप कहने उस चीज़ राही मैं उन्होंने मतलब इस सिंगिंग नाल जुड़िया। तो उस तो बाद मैं साइंस स्ट्रीम लै ली, तो फिर वो इंजीनियरिंग करन लग गया, फिर हुण गायकी का सफर वधिया चल रहा है। कि जो तुसीं यूनिवर्सिटी एंटर किए, हाँ जी, तो इत्थे यूनिवर्सिटी की आवाम नाल यूनिवर्सिटी के स्टूडेंट्स नाल ਤੁਸੀਂ ਸਭ ਤੋਂ ਪਹਿਲਾਂ ਕਿਵੇਂ ਰੂਬਰੂ ਹੋਏ? ਅੱਜ ਲਗਭਗ 4 ਸਾਲ ਹੋ ਗਏ ਮੈਨੂੰ ਇੰਜੀਨੀਅਰਿੰਗ ਕਰਦੇ ਹੋਏ, ਅਤੇ ਮੈਨੂੰ 4 ਸਾਲ ਹੋ ਗਏ ਇਸ ਆਵਾਮ ਨਾਲ ਜੁੜੇ ਹੋਏ। ਅਤੇ ਮੈਂ ਪਹਿਲੀ ਵਾਰ ਜਦੋਂ ਵੈਸੇ ਤਾਂ ਪਹਿਲੀ ਵਾਰ ਆਪਾਂ ਜਦੋਂ ਸੀਨੀਅਰਸ ਕਈ ਵਾਰ ਇੰਜੀਨੀਅਰਿੰਗ 'ਚ ਇੱਕ ਮਤਲਬ ਕਿਹਾ ਜਾਂਦਾ, ਉਹਨਾਂ ਨੇ ਪੁੱਛਿਆ ਵੀ ਹਾਂ ਮਤਲਬ ਤੁਹਾਨੂੰ ਕੀ ਸ਼ੌਂਕ ਆ, ਤਾਂ ਮੈਂ ਕਿਹਾ ਜੀ ਸਿੰਗਿੰਗ ਦਾ, ਤਾਂ ਉਹਨਾਂ ਨੇ ਮੈਨੂੰ ਸੁਣਿਆ, ਫਿਰ ਉਹਨਾਂ ਨੇ ਗਾਹ ਮੈਨੂੰ ਪ੍ਰਮੋਟ ਕੀਤਾ। ਅਤੇ ਉਹ ਪਹਿਲੀ ਵਾਰ ਇੱਕ ਵਾਰ ਗੁਰਦਾਸ ਮਾਨ ਸਾਹਿਬ ਆਪਣਾ ਸੁਖਮਨੀ ਫਿਲਮ ਦੇ ਪ੍ਰਮੋਸ਼ਨ ਲਈ ਆਏ ਸੀਗੇ, ਅਤੇ ਉੱਥੇ ਸਟੇਜ ਲੱਗੀ ਹੋਈ ਸੀ, ਅਤੇ ਉੱਥੇ ਕਿਤੇ ਧੱਕੇ ਨਾਲ ਮੈਨੂੰ ਸਟੇਜ 'ਤੇ ਚੜ੍ਹਾ ਦਿੱਤਾ। ਪਹਿਲੀ ਵਾਰ ਉਦੋਂ ਮੈਂ ਉਦੋਂ 1500 ਦਾ ਇਕੱਠ ਸੀਗਾ ਆਪਣੇ ਸਟੂਡੈਂਟ ਸੈਂਟਰ 'ਤੇ, ਅਤੇ ਉਦੋਂ ਮੈਂ ਪਹਿਲੀ ਵਾਰ ਆਪਦਾ ਗਾਣਾ ਗਾਇਆ ਸੀਗਾ। ਅਤੇ ਹੁਣ ਅਸੀਂ ਸੰਦੀਪ ਤੋਂ ਸੁਣਾਂਗੇ ਇਹੀ ਗਾਣਾ ਜਿਹੜਾ ਇਹਨਾਂ ਨੇ ਯੂਨੀਵਰਸਿਟੀ ਵਿੱਚ ਫਸਟ ਟਾਈਮ ਗਾਇਆ ਸੀ। ਉਹ ਮੈਂ ਤੇ ਮੇਰਾ ਯਾਰ ਪਿਆਰਾ ਸੀ ਗਏ ਕਾਉਂਸਲਿੰਗ ਚੜ ਕੇ, ਉਹਨੇ ਲੈ ਲਈ ਆਈਟੀ ਤੇ ਮੈਂ ਲੈ ਲਈ ਮਕੈਨੀਕਲ ਅੜ ਕੇ, ਉਹ ਸਾਲਾ ਹੁਣ ਕੁੜੀਆਂ ਨਾਲ ਘੁੰਮੇ ਤੇ ਮੈਂ ਰਵਾਂ ਕਲਾਂ ਚ ਵੜ ਕੇ, ਉਹ ਮੇਰੇ ਬਿਲੀਓ ਰੱਬਾ ਡਾਡਿਆ ਤੈਨੂੰ ਕੀ ਮਿਲਿਆ ਮੇਰੇ ਨਾਲੇ ਇੱਦਾਂ ਕਰਕੇ, ਰੱਬਾ ਮੇਰੇ ਨਾਲੇ ਇੱਦਾਂ ਕਰਕੇ, ਉਹ ਰੱਬਾ ਤਰਸਣਾ ਤੈਨੂੰ ਆਵੇ, ਉਹ ਸਾਡੀ ਡਿਗਰੀ ਨਿਕਲਦੀ ਜਾਵੇ ਮਕੈਨਿਕ ਚ ਕੋਈ ਕੁੜੀ ਨਾ, ਉਹ ਰੱਬਾ ਤਰਸਣਾ ਤੈਨੂੰ ਆਵੇ ਮਕੈਨਿਕਲ ਚ ਕੋਈ ਕੁੜੀ ਨਾ। ਹੁਣ ਬੱਚਿਆਂ ਦੀ ਕਲਾਸ 'ਚ ਕੁੜੀਆਂ ਤਾਂ ਹੈ ਨਹੀਂ, ਈ ਸੀ ਅਤੇ ਆਈ ਟੀ ਬ੍ਰਾਂਚ ਦੀਆਂ ਕੁੜੀਆਂ ਵੇਖ ਵੇਖ ਸਾਰੀਆਂ, ਈ ਸੀ ਆਈ ਟੀ ਦੀਆਂ ਕੁੜੀਆਂ ਸੀ ਤੱਕਦੇ, ਉਹ ਗੱਲ ਕਰਨ ਵੇਲੇ ਪਿੱਛੇ ਜਾਈਏ ਹੱਟਦੇ, ਉਹ ਸਾਨੂੰ ਗੱਲ ਵੀ ਨਾ ਕਰਨੀ ਆਵੇ, ਉਹ ਸਾਨੂੰ ਕੌਮ ਸਕਿੱਲ ਨਾ ਆਵੇ ਮਕੈਨੀਕਲ 'ਚ ਕੋਈ ਕੁੜੀ ਨਾ। ਫਿਰ ਜਿਵੇਂ ਤੁਸੀਂ ਇੱਕ ਫਰਮਾਇਸ਼ ਕੀਤੀ ਹੈ, ਅਤੇ ਇੱਕ ਗਾਣਾ ਪਿੱਛੇ ਜੇ ਲਿਖਿਆ ਸੀ ਉਹ ਮੈਂ ਲਾਇਬ੍ਰੇਰੀ 'ਚ ਗਿਆ ਸੀ। ਆਦਤ ਤਾਂ ਐਕਟਿਵਾ ਤੇਜ਼ ਭਿਉਂਦੀ। ਇੱਕ ਮੈਂ ਤੁਹਾਨੂੰ ਹੋਰ ਦੱਸਦਾ, ਪਹਿਲੀ ਗੱਲ ਵੀ ਹਜੇ ਕੋਈ ਸੇਧ ਦੇਣ ਵਾਲੇ ਗਾਣੇ ਨਹੀਂ, ਇਹ ਸਿਰਫ ਬਸ ਸ਼ੁਗਲ ਵਾਲੇ ਗਾਣੇ ਆ, ਜਿਵੇਂ ਕੋਈ ਮੁੰਡੇ ਖੁੰਡਿਆਂ 'ਚ ਚਲੋ ਬੱਚੇ ਗਾ ਲੈਂਦੇ, ਮੁੰਡੇ ਗਾ ਲੈਂਦੇ ਆ, ਅਤੇ ਉਵੇਂ ਮਤਲਬ ਇੱਕ ਗੀਤ ਮੈਂ ਲਿਖਿਆ ਸੀਗਾ, ਬੜੀ ਤੇਜ਼ ਚੱਲੇ ਐਕਟਿਵਾ ਹਾਂਡਾ ਜੀ ਹੀਰੋ ਹਾਂਡਾ ਪਿੱਛਾ ਪਿੱਛੇ ਰਹਿ ਗਿਆ, ਬੜੀ ਤੇਜ਼ ਚੱਲੇ ਐਕਟਿਵਾ ਹਾਂਡਾ ਕੁਛ, ਉਹ ਮੈਂ ਤੁਹਾਨੂੰ ਸੁਣਾਉਣ ਲੱਗਾ। ਉਹ ਬੜਾ ਮਹਿੰਗਾ ਪਿਆ ਉੱਡਦਾ ਪੁਰਾਂਦਾ, ਉਹ ਬੜਾ ਮਹਿੰਗਾ ਪਿਆ ਉੱਡਦਾ ਪੁਰਾਂਦਾ, ਕਿ ਗੁੱਤ ਵੇਖਦਾ ਹੀ ਰਹਿ ਗਿਆ, ਉਹ ਬੜਾ ਮਹਿੰਗਾ ਪਿਆ ਉੱਡਦਾ ਪੁਰਾਂਦਾ, ਕਿ ਗੁੱਤ ਵੇਖਦਾ ਹੀ ਰਹਿ ਗਿਆ, ਉਹ ਬੜੀ ਤੇਜ਼ ਚੱਲੇ, ਉਹ ਬੜੀ ਤੇਜ਼ ਚੱਲੇ ਇੱਕ ਟੀਵਾ ਹੋਂਡਾ, ਕਿ ਹੀਰੋ ਹਾਂਡਾ ਪਿੱਛੇ ਰਹਿ ਗਿਆ ਬੇਲੀਓ, ਕਿ ਹੀਰੋ ਹਾਂਡਾ ਪਿੱਛੇ ਰਹਿ ਗਿਆ ਬੇਲੀਓ, ਕਿ ਹੀਰੋ ਹਾਂਡਾ ਪਿੱਛੇ ਰਹਿ ਗਿਆ ਹੋ। ਉਹ ਸ਼ੁਰੂ 'ਚ ਚਲਾਕੀ ਯਾਰ ਕੁੜੀ ਨੇ ਕੀਤੀ ਸੀ, ਜ਼ਰੂਰ ਵਿੱਚ ਮੈਂ ਸੀ, ਮੇਰੀ ਰੈੱਡ ਬੁੱਲ ਪੀਤੀ ਸੀ, ਹਾਂ ਰੈੱਡ ਬੁੱਲ ਪੀਤੀ ਸੀ, ਹਾਂ ਕੁੱਟ ਮੇਰੀ ਪੀਤੀ ਸੀ, ਹਾਂ ਰੈੱਡ ਬੁੱਲ ਪੀਤੀ ਸੀ, ਉਹਨੇ ਅੱਕ ਪਹਿਲਾਂ ਦੱਬੀ ਫਿਰ ਰੇਸ ਯਾਰੋ ਦੱਬੀ, ਉਹਨੇ ਅੱਕ ਪਹਿਲਾਂ ਦੱਬੀ ਫਿਰ ਰੇਸ ਯਾਰੋ ਦੱਬੀ, ਪਿੱਛੇ ਪਿੱਛੇ ਰਿਹਾ ਉਹ ਪਿੱਛੇ ਪਿੱਛੇ ਰਿਹਾ ਹੌਰਨ ਵਜਾਉਂਦਾ, ਉਹ ਪਿੱਛੇ ਪਿੱਛੇ ਰਿਹਾ ਹੌਰਨ ਵਜਾਉਂਦਾ, ਕਿ ਬੈਟਰੀ ਦਾ ਪੱਠਾ ਬਹਿ ਗਿਆ, ਬੜੀ ਤੇਜ਼ ਚੱਲੇ ਗੱਡੀ ਵਹਾਉਂਦਾ, ਕਿ ਹੀਰੋ ਹਾਂਡਾ ਪਿੱਛੇ ਰਹਿ ਗਿਆ ਬੇਲੀਓ, ਕਿ ਹੀਰੋ ਹਾਂਡਾ ਪਿੱਛੇ ਰਹਿ ਗਿਆ ਜੀ। ਬਹੁਤ ਖੂਬ ਸੰਦੀਪ, ਮੈਨੂੰ ਤਾਂ ਗਾਣਾ ਬਹੁਤ ਜ਼ਿਆਦਾ ਪਸੰਦ ਆਇਆ, ਅਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਸਾਡੇ ਦਰਸ਼ਕ ਇਸ ਇੰਟਰਵਿਊ ਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਇਹ ਗਾਣਾ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ, ਅਤੇ ਜਲਦੀ ਇਹ ਗਾਣਾ ਯੂਟਿਊਬ 'ਤੇ ਆ ਰਿਹਾ, ਅਤੇ ਤੁਸੀਂ ਇਸ ਉੱਭਰਦੇ ਕਲਾਕਾਰ ਨੂੰ ਹੱਲਾਸ਼ੇਰੀ ਦੇਣੀ ਹੈ ਆਪਣੀ ਐਫਬੀ ਵਾਲ ਤੇ ਸ਼ੇਅਰ ਕਰਕੇ ਕਿ ਉਸ ਗੀਤ ਨੂੰ ਪਿਆਰ ਬਖਸ਼ੋ। ਬਹੁਤ ਧੰਨਵਾਦ ਕਰਦਾ, ਤੇ ਦੂਜੇ ਨੰਬਰ ਤੇ ਜਿਹੜੇ ਦਰਸ਼ਕ ਜਿਹੜੇ ਬੈਠੇ ਆਪਣੇ ਮਲੇ ਬੜੇ ਪਿਆਰੇ, ਤੇ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਤੇ ਦੂਜੇ ਨੰਬਰ ਤੇ ਮੈਂ ਕਹਿਣਾ ਚਾਹੂੰਗਾ ਜਿਹੜੇ ਮੈਂ ਹੁਣ ਯੂਟਿਊਬ ਤੇ ਗਾਣੇ ਪਾ ਰਿਹਾ ਨਵੇਂ, ਤੇ ਉਹ ਜਰੂਰ ਪਲੀਜ਼ ਜਰੂਰ ਵੇਖੋ ਤੇ ਸ਼ੇਅਰ ਕਰੋ, ਤਾਂ ਕਿ ਮੈਨੂੰ ਵੀ ਹੁੰਗਾਰਾ ਮਿਲ ਸਕੇ, ਤਾਂ ਮੇਰਾ ਹੌਸਲਾ ਵਧੇ, ਤਾਂ ਮੈਂ ਹੋਰ ਵੀ ਕੁਛ ਪਾਵਾਂ, ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਇਹ ਸੀ ਸੰਦੀਪ ਸਿੰਘ UIET ਤੋਂ, ਤੇ ਅਗਲੀ ਵਾਰ ਆਪਣਾ ਕੈਂਪਸ ਵਿੱਚ ਤੁਹਾਨੂੰ ਰੂਬਰੂ ਕਰਾਵਾਂਗੇ ਕਿਸੇ ਨਵੇਂ ਟੈਲੈਂਟ ਦੇ ਨਾਲ। ਉਦੋਂ ਤੱਕ ਗੁਰਜੋਤ ਸਿੰਘ ਨੂੰ ਦਿਓ ਇਜਾਜ਼ਤ, ਅਤੇ ਤੁਸੀਂ ਵੇਖਦੇ ਰਹੋ ਕੈਂਪਸ TV।